ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਪਿੱਛੇ ਤੁਸੀਂ ਖਬਰ ਦੇਖ ਰਹੇ ਹੋ, ਬੇਹੱਦ ਖਤਰਨਾਕ ਔਰ ਵਾਰਨ ਕਰਨ ਵਾਲੀ ਖਬਰ ਹੈਗੀ ਹੈ। WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਚੀਫ ਨੇ ਵਾਰਨਿੰਗ ਦਿੱਤੀ ਹੈ ਕੰਟਰੀਜ਼ ਨੂੰ ਕਿ ਪ੍ਰਿਪੇਅਰ ਰਹੋ, ਅਗਲਾ ਡੈਡਲੀ ਪੈਂਡੇਮਿਕ ਆਉਣ ਵਾਲਾ ਹੈਗਾ ਵਾ। ਔਰ ਤੁਹਾਨੂੰ ਪਤਾ ਦ ਗ੍ਰੇਟ ਰੀਸੈਟ ਏਜੰਡਾ 2030 ਨਿਊ ਵਰਲਡ ਆਰਡਰ ਵਰਲਡ ਇਕਨੋਮਿਕ ਫੋਰਮ, ਇਹ ਸਾਰਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹੋ। ਕਹਿ ਕੀ ਰਹੇ ਆ ਕਿ ਕੰਟਰੀਜ਼ ਨੂੰ ਵਾਰਨਿੰਗ ਦਿੱਤੀ ਹੈ ਕਿ ਅਗਲਾ ਪੈਂਡੇਮਿਕ ਆ ਸਕਦਾ ਔਰ ਬੜਾ ਖਤਰਨਾਕ ਹੋਊਗਾ, COVID-19 ਤੋਂ ਵੀ ਖਤਰਨਾਕ ਹੋਊਗਾ। ਅਸਲ ਦੇ ਵਿੱਚ ਇਹਨਾਂ ਦੀ ਨਾ ਇੱਕ ਐਨੂਅਲ ਅਸੈਂਬਲੀ ਮੀਟਿੰਗ ਚੱਲ ਰਹੀ ਹੈ, ਵਰਲਡ ਹੈਲਥ ਅਸੈਂਬਲੀ ਦੀ ਇੱਕ ਐਨੂਅਲ ਮੀਟਿੰਗ ਚੱਲ ਰਹੀ, 10 ਦਿਨ ਦੀ ਉਹ ਮੀਟਿੰਗ ਹੋਣੀ ਆ, ਜੋ ਕਿ ਆਲਰੇਡੀ ਇਨ ਪ੍ਰੋਸੈਸ ਹੈ ਜਨੇਵਾ ਦੇ ਵਿੱਚ, ਜਿਹਦੇ ਵਿੱਚ ਐਡਰੈਸ ਕਰ ਰਿਹਾ ਕਿ ਫਿਊਚਰ ਜਿਹੜੇ ਗਲੋਬਲ ਹੈਲਥ ਚੈਲੇਂਜਸ ਨੇ ਉਹਦੇ ਉੱਪਰ ਵਿਚਾਰ ਚਰਚਾ ਹੋ ਰਹੀ ਆ। ਸੋ WHO ਨੇ ਕੰਟਰੀਜ਼ ਨੂੰ ਕਿਹਾ ਵਾ ਕਿ ਇੱਕ ਰਿਫੋਰਮ ਤਿਆਰ ਕਰੋ, ਖਾਕਾ ਤਿਆਰ ਕਰੋ, ਡਰਾਫਟ ਤਿਆਰ ਕਰੋ ਕਿ ਅਗਲੇ ਪੈਂਡਮਿਕ ਨੂੰ ਡੀਲ ਕਿਵੇਂ ਕਰਨਾ ਵਾ। ਸੋ ਉਹ ਕਹਿ ਰਿਹਾ ਕਿ ਰਾਈਟ ਟਾਈਮ ਇਹ ਹੈਗਾ ਜਿਹੜਾ ਪਲੈਨਿੰਗ ਕਰਨ ਦਾ, ਔਰ ਐਡਵਾਂਸ ਐਕਸ਼ਨ ਲੈਣ ਦਾ ਸਮਾਂ ਆਲਰੇਡੀ ਇਹ ਹੈਗਾ ਵਾ ਪ੍ਰਪਰੇਸ਼ਨ ਕਰਨ ਦਾ। ਸੋ ਇਹ ਜਿਹੜਾ ਇਹਦੇ ਵਿੱਚ ਨਾਲ ਨਾਲ ਡਿਸਕਸ ਕੀ ਹੋਣਾ ਹੈ ਕਿ ਜਿਹੜੇ ਅਗਲੇ ਫਿਊਚਰ ਪੈਂਡਮਿਕ ਯੂਕਰੇਨ ਵਾਲਾ ਮਸਲਾ, ਉਹਨਾਂ ਨੂੰ ਹੈਲਥ ਦੇ ਅਕੋਰਡਿੰਗਲੀ ਕਿਵੇਂ ਬੈਟਰ ਕਰਨਾ, ਉਹ ਵੀ ਇਸ 10 ਦਿਨ ਦੀ ਮੀਟਿੰਗ ਦਾ ਏਜੰਡਾ ਹੈਗਾ ਵਾ। ਔਰ ਜਿਹੜੇ WHO ਦੇ ਸਟੇਟਸ ਨੇ, 194 ਮੈਂਬਰਸ ਨੇ, 194 ਮੈਂਬਰਾਂ ਨੇ ਇੱਕ ਜਿਹੜਾ ਟ੍ਰੀਟੀ ਵੀ ਜਿਹੜਾ ਤਿਆਰ ਕੀਤਾ ਜਾ ਰਿਹਾ ਉਹਨਾਂ ਵੱਲੋਂ, ਜੋ ਕਿ ਪੈਂਡਮਿਕ ਟ੍ਰੀਟੀ ਹੋਊਗਾ ਜਿਸ ਨੂੰ ਅਡੋਪਟ ਕੀਤਾ ਜਾਊਗਾ ਫਿਊਚਰ ਦੇ ਵਿੱਚ, ਔਰ 2024-25 ਤੱਕ ਉਹ ਤਿਆਰ ਹੋ ਜਾਣਾ। ਔਰ ਕੰਟਰੀਜ਼ ਨੇ ਜਿਹੜਾ ਆਲਸੋ ਜਿਹੜਾ ਇੱਕ ਬਜਟ ਆਲਰੇਡੀ ਅਪਰੂਵ ਕਰ ਦਿੱਤਾ 6.83 ਬਿਲੀਅਨ ਦਾ, $6.83 ਬਿਲੀਅਨ ਦਾ ਬਜਟ ਫੋਰ 2024-25 ਆਲਰੇਡੀ ਜਿਹੜਾ ਹੈ ਅਪਰੂਵ ਹੋ ਚੁੱਕਾ। ਸੋ ਇਹ ਸਿੱਧਾ ਸਿੱਧਾ ਤੁਹਾਨੂੰ ਇਸ਼ਾਰਾ ਵਾ ਕਿ ਅਗਲੀ ਜਿਹੜੀ ਮਹਾਂਮਾਰੀ ਆਉਣ ਵਾਲੀ ਹੈ ਅਤੇ ਉਹ ਮਹਾਂਮਾਰੀ ਨੂੰ ਹੈਂਡਲ ਕਿਵੇਂ ਕਰਨਾ ਉਹਦੀ ਤਿਆਰੀ ਕੀਤੀ ਜਾ ਰਹੀ ਹੈ, ਔਰ ਲੱਖਾਂ ਲੋਕ ਮਾਰੇ ਜਾਣ ਦਾ ਖਦਸ਼ਾ ਹੈਗਾ ਵਾ ਅਗਲੀ ਮਹਾਂਮਾਰੀ ਦੇ ਵਿੱਚ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ। ਧੰਨਵਾਦ।